ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸਵਰਗ ਵਾਸੀ ਅਰਸ਼ਵਿੰਦਰ ਕੌਰ ਯਾਦਗਾਰੀ ਟਰੱਸਟ ਅਤੇ ਮਾਸਟਰ ਮਨੋਹਰ ਲਾਲ ਅਤੇ ਬੀਬੀ ਰਣਵੀਰ ਕੌਰ ਦੇ ਪਰਿਵਾਰ ਵੱਲੋਂ ਆਪਣੀ ਸਵਰਗ ਵਾਸੀ ਲੜਕੀ ਅਰਸ਼ਵਿੰਦਰ ਕੌਰ ਦੀ ਯਾਦ ਵਿੱਚ ਉਹਨਾਂ ਦੀ 12ਵੀਂ ਬਰਸੀ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਢੱਕ ਪੰਡੋਰੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਗਰਮ ਕੋਟੀਆਂ ਤਕਸੀਮ ਕੀਤੀਆਂ ਅਤੇ ਇਸ ਮੌਕੇ ਮਾਸਟਰ ਗਿਆਨ ਚੰਦ ਨਈਅਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਸਟਰ ਮਨੋਹਰ ਲਾਲ ਅਤੇ ਬੀਬੀ ਰਣਵੀਰ ਕੌਰ ਵੱਲੋਂ ਕੀਤਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਾਨੂੰ ਵੱਧ ਤੋਂ ਵੱਧ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਮਾਸਟਰ ਮਨੋਹਰ ਲਾਲ ਅਤੇ ਬੀਬੀ ਰਣਵੀਰ ਕੌਰ ਤੋਂ ਇਲਾਵਾ ਜਦਵਿੰਦਰ ਦਾਦਰਾ, ਰਾਮਲਾਲ, ਇੰਦਰਜੀਤ, ਸਮਾਜ ਸੇਵਕ ਸਤਪਾਲ ਪੰਡੋਰੀ, ਨਿਰਮਲ ਦਾਸ, ਸਾਬਕਾ ਪੰਚ, ਪ੍ਰਿੰਸੀਪਲ ਜਦਵਿੰਦਰ ਸਿੰਘ, ਡਾਕਟਰ ਲਾਲੀ, ਆਰ ਡੀ ਰਾਮਾ, ਸ਼ੀਲਾ ਦੇਵੀ ਆਂਗਨਵਾੜੀ ਵਰਕਰ, ਆਸ਼ਾ ਰਾਣੀ, ਕਮਲਜੀਤ ਕੌਰ, ਸਰਬਜੀਤ ਕੌਰ, ਡਾਕਟਰ ਸੋਨੂ, ਵਿਜੇ ਪੰਡੋਰੀ, ਸਾਬਕਾ ਬਲਾਕ ਸੰਮਤੀ ਮੈਂਬਰ ਧਨਪਤ ਰਾਏ, ਬਲਾਕ ਸੰਮਤੀ ਮੈਂਬਰ ਰੂਪ ਲਾਲ, ਪੰਚ ਹਰਵੰਸ ਲਾਲ, ਮਾਸਟਰ ਪਰਮਿੰਦਰ ਸਿੰਘ ਅਧਿਆਪਕ ਆਗੂ, ਹੰਸਰਾਜ ਬੰਗੜ ਪੈਨਸ਼ਨ ਆਗੂ, ਸਾਬਕਾ ਸਰਪੰਚ ਬਲਜਿੰਦਰ ਸਿੰਘ ਫਤਿਹਗੜ੍ਹ, ਜਗੀਰਾ ਮਾਹੀ ਗਿਆਨਚੰਦ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਹੰਸਰਾਜ ਬੰਗੜ ਵੱਲੋਂ ਬਾਖੂਬੀ ਨਿਭਾਈ ਗਈ। ਪਿੰਡ ਢੱਕ ਪੰਡੋਰੀ ਤੋਂ ਆਰ ਡੀ ਰਾਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਦੇ ਇਸ ਸਮਾਗਮ ਵਿੱਚ ਸਾਰੇ ਸ਼ਖਸੀਅਤਾਂ ਦਾ, ਪਿੰਡ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਮੈਂ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਲਈ ਮਾਸਟਰ ਮਨੋਹਰ ਜੀ ਨੂੰ ਬੇਨਤੀ ਕਰਦਾ ਕਿ ਉਹ ਸਟੇਜ 'ਤੇ ਆ ਜਾਣ, ਕਿਰਪਾ ਕਰਕੇ ਉਹ ਆਪਣੀ ਕੁਸ਼ਚਨ ਜਿਹੜੀ ਆ ਉਹ ਗ੍ਰਹਿਣ ਕਰਨ। ਮਾਸਟਰ ਮਨੋਹਰ ਜੀ, ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਮਨੋਹਰ ਲਾਲ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੀ ਬੇਟੀ ਦੀ ਯਾਦ ਵਿੱਚ ਜੋ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਕੋਟੀਆਂ ਜਿਹੜੀਆਂ ਵੰਡੀਆਂ ਜਾ ਰਹੀਆਂ ਆ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹ ਜੋ ਉਪਰਾਲਾ ਆ ਇਹ ਇਕੱਲਾ ਮਾਸਟਰ ਮਨੋਹਰ ਲਾਲ ਜੀ ਜਾਂ ਉਹਨਾਂ ਦੇ ਪਰਿਵਾਰ ਦਾ ਨਹੀਂ, ਸਾਨੂੰ ਸਾਡੀ ਪੰਚਾਇਤ ਨੂੰ ਅਤੇ ਸਾਡੇ ਪਿੰਡ ਦੇ ਬਹੁਤ ਵੱਡ ਬੰਦਿਆਂ ਨੂੰ ਇਹ ਸਾਰਾ ਰਲ ਮਿਲ ਕੇ ਜੋ ਬੱਚਿਆਂ ਦਾ ਪੜ੍ਹਾਈ ਦਾ ਜੋ ਖਰਚਾ ਜੋ ਫੀਸਾਂ ਨਹੀਂ ਉਤਾਰ ਸਕਦੇ ਜਾਂ ਕਿਸੇ ਵਜ੍ਹਾ ਦੇ ਕਰਕੇ ਘਰ ਬੈਠੇ ਆ, ਸਾਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਉਹਨਾਂ ਦੀ ਤਾਂ ਜੋ ਸਾਡੇ ਜਿਹੜੇ ਬੱਚੇ ਆ ਉਹ ਵਧੀਆ ਢੰਗ ਨਾਲ ਸਕੂਲ ਦੇ ਵਿੱਚ ਪੜ੍ਹਨ, ਕਿਉਂਕਿ ਜਿਹੜੀ ਵਿੱਦਿਆ ਆ ਉਹ ਜਿਹੜਾ ਕਹਿੰਦੇ ਹੁੰਦੇ ਇਨਸਾਨ ਦਾ ਤੀਸਰਾ ਨੇਤਰ ਆ, ਇਹ ਬਹੁਤ ਜ਼ਰੂਰੀ ਆ। ਅਸੀਂ ਆਪਣੇ ਕਲੱਬ ਵੱਲੋਂ ਅਤੇ ਆਪਣੇ ਵੱਲੋਂ ਮਾਸਟਰ ਮਨੋਹਰ ਲਾਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਉਪਰਾਲਾ ਕੀਤਾ। ਥੈਂਕ ਯੂ। ਇਸ ਮਿੱਟੀ ਵਿੱਚ
ਵੱਖ ਪਿੰਡਾਂ ਤੋਂ ਆਏ ਸਰਪੰਚ ਸਰਵਾਨ ਗ੍ਰਾਮ ਪੰਚਾਇਤ ਮੈਂਬਰ ਅਤੇ ਪਿੰਡ ਦੇ ਪਰਮਾਤਮਾ ਸੱਜਣ ਅਤੇ ਸਵਰਗਵਾਸੀ ਅਸ਼ਵਿੰਦਰ ਕੌਰ ਜੀ ਦੇ ਪਰਿਵਾਰ ਉਹਨਾਂ ਦੇ ਸਕੇ ਸੰਬੰਧੀ ਅੱਜ ਇਸ ਸਮਾਗਮ ਵਿੱਚ ਸਾਰਿਆਂ ਦਾ ਬਹੁਤ ਧੰਨਵਾਦ ਹੈ ਅਤੇ ਮੈਂ ਇੱਕ ਮੈਸੇਜ ਜਿੰਨੇ ਕੁ ਸਾਰੇ ਬੈਠੇ ਇੱਕ ਮੈਸੇਜ ਜ਼ਰੂਰ ਦੇਣਾ ਸਾਰਿਆਂ ਨੂੰ ਵੀ ਜਿਹੜੇ ਸਾਡੇ ਗੌਰਮੈਂਟ ਸਕੂਲਾਂ 'ਚ ਬੱਚੇ ਪੜ੍ਹਦੇ ਆ ਵੀ ਜੇ ਤਾਂ ਤੁਸੀਂ ਇਹਨਾਂ ਦੀ ਤਰ੍ਹਾਂ ਸਾਰੇ ਸਾਥ ਦਿੰਦੇ ਰਹੋਗੇ ਵੱਡੇ ਬੱਚੇ ਆ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ ਇਹ ਇਹਨਾਂ ਬੱਚਿਆਂ ਦਾ ਬੜਾ ਹੌਸਲਾ ਅਫਜ਼ਾਈ ਹੁੰਦਾ ਅਤੇ ਜਦੋਂ ਕਿਸੇ ਬੱਚੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ ਤੁਹਾਡੇ ਪਰਿਵਾਰਾਂ ਵੱਲੋਂ ਜਦੋਂ ਘਰਾਂ ਵਿੱਚ ਖੁਸ਼ੀ ਦਾ ਮੌਕਾ ਹੁੰਦਾ ਜਾਂ ਕਿਤੇ ਬਾਹਰੋਂ ਅੰਦਰ ਆਉਂਦੇ ਜਾਂਦੇ ਹਾਂ ਮੈਂ ਰਿਕੁਐਸਟ ਜ਼ਰੂਰ ਕਰੂੰਗਾ ਕਿ ਦੋਨਾਂ ਸਕੂਲਾਂ ਦੇ ਵਿੱਚ ਜਿੱਥੇ ਪਿੰਡ ਤੁਸੀਂ ਰਹਿੰਦੇ ਆ ਜ਼ਰੂਰ ਗੇੜਾ ਮਾਰ ਕੇ ਜਾਇਆ ਕਰੋ ਤੁਹਾਡਾ ਦਿੱਤਾ ਹੋਇਆ 10 ਰੁਪਏ ਜੀ ਉਹ ਲੱਖ ਨਾਲ ਦੇ ਹੁੰਦੇ ਉਸ ਨੂੰ ਉਹਦਾ ਕਾਰਨ ਇਹ ਹੁੰਦਾ ਬੱਚੇ ਨੂੰ ਖੁਸ਼ੀ ਹੁੰਦੀ ਆ ਵੀ ਸਾਡੇ ਪਿੰਡ ਦੇ ਫਲਾਨੇ ਬਾਹਰੋਂ ਆਏ ਸੀ ਸਾਨੂੰ ਆਹ ਚੀਜ਼ ਦੇ ਕੇ ਗਏ ਮਾਪੇ ਮੰਮਾ ਜੋ ਮਰਜ਼ੀ ਦੇ ਜਾਣ ਬੱਚੇ ਨੂੰ ਅਤੇ ਦੂਜੀ ਗੱਲ ਜੀ ਬਹੁਤ ਵਧੀਆ ਗੱਲਾਂ ਕਰੀਆਂ ਮੇਜਰ ਸਾਹਿਬ ਨੇ ਕਿ ਸਾਨੂੰ ਸਾਰਿਆਂ ਨੂੰ ਅਤੇ ਅਮਲ ਕਰਨਾ ਚਾਹੀਦਾ ਜੇ ਸਾਡੇ ਬੱਚੇ ਵਧੀਆ ਆ ਤਾਂ ਅਸੀਂ ਖੁਸ਼ ਹਾਂ ਸਾਡਾ ਕਮਾਇਆ ਪੈਸਾ ਵੀ ਕੰਮ ਆਊਗਾ ਜੇ ਸਾਡੇ ਬੱਚੇ ਨਹੀਂ ਪੜ੍ਹੇ ਸਾਡੀ ਔਲਾਦ ਨਹੀਂ ਕੰਮਦੀ ਤਾਂ ਤੁਹਾਡੀ ਕੀਤੀ ਕਮਾਈ ਵੀ ਜ਼ੀਰੋ ਸਾਰੇ ਮਾਂ ਬਾਪ ਆਪਣੇ ਬੱਚਿਆਂ ਲਈ ਸਭ ਕੁਛ ਕਰਦੇ ਆ ਇਹ ਸਾਡਾ ਅਸੀਂ ਸਰਮਾਇਆ ਮਾਂ ਬਾਪ ਦਾ ਜੇ ਅਸੀਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਦੇਵਾਂਗੇ ਚੰਗੇ ਪਾਸੇ ਲਾ ਦੇਵਾਂਗੇ ਬੱਚੇ ਸਾਡੇ ਕਾਮਯਾਬ ਹੋ ਗਏ ਤਾਂ ਸਾਨੂੰ ਪੈਸਾ ਕਮਾਉਣ ਦੀ ਲੋੜ ਨਹੀਂ ਉਹਨਾਂ ਨੇ ਸਾਡੇ ਲਈ ਪੈਸਾ ਕਮਾ ਲੈਣਾ ਤਾਂ ਜੇ ਅਸੀਂ ਕਮਾਈ ਪੈਸੇ ਇਕੱਠੇ ਕਰਨ 'ਤੇ ਲਾ ਦਿੱਤੇ ਆਪਣੇ ਬੱਚੇ ਨਾ ਸਾਂਭੇ ਬੱਚਿਆਂ ਨੂੰ ਪੜ੍ਹਾਇਆ ਨਾ ਉਹ ਤੁਹਾਡਾ ਕਮਾਇਆ ਪੈਸਾ ਵੀ ਵਿਅਰਥ ਜਾਂਦਾ ਅਤੇ ਇਹਨਾਂ ਸ਼ਬਦ ਦੇ ਨਾਲ ਮੈਂ ਪਰਿਵਾਰ ਦਾ ਬੜੀ ਖੁਸ਼ੀ ਦੀ ਗੱਲ ਹੈ ਪਰਿਵਾਰ ਆਪਣੀ ਲੜਕੀ ਦੇ ਜਾਲ ਦੇ ਵਿੱਚ ਹਰੇਕ ਸਾਲ ਨਾ ਆਪਣੀ ਲੜਕੀ ਦੇ ਵਰਗੇ ਛੋਟੇ ਛੋਟੇ ਬੱਚਿਆਂ ਨੂੰ ਕਿਤਾਬਾਂ ਦਾ ਸਟੇਸ਼ਨਰੀ ਦਾ ਵਰਦੀਆਂ ਦਾ ਇਹ ਬੜਾ ਬਹੁਤ ਵੱਡਾ ਦਾਨ ਆ ਜੀ ਅਸੀਂ ਹੋਰ ਪੈਸੇ ਬੜੇ ਫਿਰ ਖਰਚ ਲਈਦੇ ਆ ਗੁਰਦੁਆਰੇ ਮੰਦਰਾਂ ਨਾਲੋਂ ਇਹ ਸਭ ਤੋਂ ਵਧੀਆ ਗੁਰਦੁਆਰੇ ਮੰਦਰ ਆ ਜੀ ਸਕੂਲ ਜਿੰਨੀ ਕਿਸੇ ਦੀ ਵੀ ਹਿੰਮਤ ਹੋਵੇ ਇਹਨਾਂ ਬੱਚਿਆਂ ਦਾ ਜ਼ਰੂਰ ਪਿਆਰ ਰੱਖਿਆ ਕਰੋ ਅਤੇ ਮੈਂ ਪਰਿਵਾਰ ਦਾ ਅਖੀਰ ਵਿੱਚ ਫਿਰ ਧੰਨਵਾਦ ਕਰਦਾ ਅਤੇ ਬਹੁਤ ਵੱਡਾ ਬਰਾਡਾ ਹੈ ਜਿਹੜੇ ਹਰੇਕ ਸਾਲ ਇਹਨਾਂ ਲੋੜਵੰਦ ਬੱਚਿਆਂ ਨੂੰ ਜ਼ਰੂਰਤਮੰਦ ਬੱਚਿਆਂ ਨੂੰ ਸਮੇਂ ਸਿਰ ਹਰੇਕ ਚੀਜ਼ ਪ੍ਰੋਵਾਈਡ ਕਰਦੇ ਆ ਅਤੇ ਪਰਮਾਤਮਾ ਇਹਨਾਂ ਨੂੰ ਕਿਸੇ ਤਰ੍ਹਾਂ ਅੱਗੇ ਬਲ ਬਖਸ਼ਦੇ ਰਹਿਣ ਇਹਨਾਂ ਸ਼ਬਦਾਂ ਨਾਲ ਆਇਓ ਸਾਰੇ ਸੱਜਣਾਂ ਦਾ ਪਰਿਵਾਰ ਦਾ ਸਕੂਲ ਸਟਾਫ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਸਾਡੇ ਦਰਮਿਆਨ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਵੀਰ ਜੋ ਪ੍ਰੈਸ ਵਾਲੇ ਇਸ ਸਮਾਗਮ ਅੱਜ ਦੇ ਸਮਾਗਮ ਵਿੱਚ ਬੇਟੀ ਅਸ਼ਵਿੰਦਰ ਕੌਰ ਜੀ ਦੇ ਪਿਤਾ ਮਾਸਟਰ ਮੋਹਨ ਲਾਲ ਜੀ ਮਨੋਜ ਕੁਮਾਰ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਸਟੇਜ 'ਤੇ ਬੈਠੇ ਪਤਵੰਤੇ ਸੱਜਣ ਪਿੰਡ ਦੇ ਪਤਵੰਤੇ ਸੱਜਣ ਬੀਬੀਓ ਭੈਣੋ ਅੱਜ ਦਾ ਸਮਾਗਮ ਵਰਸੀ ਸਮਾਗਮ ਜਿਹੜਾ ਹਰ ਸਾਲ ਮਨਾਇਆ ਜਾਂਦਾ ਬੜਾ ਅਹਿਮ ਸਮਾਗਮ ਹੈ ਕਿ ਸ਼੍ਰੀ ਮਨੋਹਰ ਲਾਲ ਜੀ ਹਰ ਸਾਲ ਆਪਣੀ ਬੱਚੀ ਦੀ ਯਾਦ ਦੇ ਵਿੱਚ ਜਿਹੜੀ ਛੋਟੀ ਉਮਰ ਵਿੱਚ ਵਿਛੜ ਗਈ ਸੀ ਹਰ ਸਾਲ ਇਹ ਵਰਸੀ ਸਮਾਗਮ ਮਨਾਉਂਦੇ ਉਹਦੇ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਆ ਜ਼ਿੰਦਗੀ ਵਿੱਚ ਇਹ ਜਿਹੜਾ ਹਰ ਪਰਿਵਾਰ 'ਤੇ ਵਿਛੜਨ ਵਾਲਾ ਕੰਮ ਆ ਉਹ ਸਦੀਆਂ ਤੋਂ ਚੱਲਦਾ ਰਿਹਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਚੱਲਦਾ ਰਹਿਣਾ ਕਿਸੇ ਸਾਥੀ ਨੇ ਲਿਖਿਆ ਮੇਲ ਵਿਛੋੜੇ ਦਾ ਇਹ ਚੱਕਰ ਜੱਗ 'ਤੇ ਬਹੁਤ ਪੁਰਾਣਾ ਇੱਕ ਨਾ ਇੱਕ ਦਿਨ ਇੱਕ ਦੂਜੇ ਤੋਂ ਆਪਾਂ ਸਭ ਨੇ ਵਿਛੜ ਜਾਣਾ ਇਹ ਵਿਛੋੜੇ ਦਾ ਚੱਕਰ ਜਿਹੜਾ ਜਦੋਂ ਕੋਈ ਸ਼ਖਸ ਕੋਈ ਜੀਵ 100 ਸਾਲ ਤੋਂ ਨੇੜੇ ਤੇੜੇ ਜੀਵਨ ਬਸਰ ਕਰਕੇ ਜਾਂਦਾ ਉਹਦਾ ਦੁੱਖ ਘੱਟ ਲੱਗਦਾ ਸਰਕਾਰੀ ਪ੍ਰਾਇਮਰੀ ਸਕੂਲ
पडोरी विखे समागम किया गया। यह समागम अशविंदर कौर स्वर्गवासी के नाँ पर यादगारी ट्रस्ट वालों किया गया है। इन्होंने पिता श्री मनोहर लाल जी, माता रणजीत कौर जी, भरा यादविंदर दादरा जी, उन्होंने वालों समूह पिंड वासियों ने इकट्ठे होकर एक समागम किया है। जिस समागम में स्कूल के बच्चों जिहड़ियां वर्दियां कोटियां सियाल वास्ते दित्तियां। यह समागम 2010 तो लैके लगातार किया जा रहा है। इस तरीके जो बच्चे स्कूल में फर्स्ट सैकेंड थर्ड आते सन उन्होंने राशियां पैसे दे के भी सम्मान किया जाता रहा है। अगों तो भी मास्टर मनोहर जी ने वर्दियां बंडन का यकीन दवाते हैं कि उन्होंने अपनी कमाई विचों जिहड़ियां बच्चों को वर्दियां सियाल वास्ते कोटियां देंदे रहेंगे। धन्यवाद।